ਹੈ ਹਾਂਜੀ ਆ ਗਈ ਪਾਤਾ 2.5 ਉੱਥੇ ਜਾ ਕੇ ਲਾਉਣੀ ਆ 2.5 ਲਾਈ ਸੀ ਹੁਣ ਕਿਉਂ ਕਿਹੜੀ ਗੱਲ ਗਰਮੀ ਤਾਂ ਅਜੇ ਇੰਨੀ ਵੀ ਨਹੀਂ ਆਈ ਹੈ ਨਹੀਂ ਰਾਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਹੋ ਗਏ ਆਪਾਂ ਆਪਣੇ ਘਰਾਂ ਦੇ ਵਿੱਚ ਪਾਤੀ ਆ ਹਾਸੇ ਵਾਸਤੇ ਤੇ ਰਾਜੀ ਖੁਸ਼ੀ ਹੋ ਗਈ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਸ਼ੁਰੂਆਤ ਕਰਦੇ ਆਪਾਂ ਅੱਜ ਵਲੌਗ ਦੀ ਟਾਈਮ ਹੋ ਚੁੱਕਾ ਸਵੇਰ ਦਾ 7:30 ਦਾ ਤੇ ਪ੍ਰਭ ਸਕੂਲੀ ਰੈਡੀ ਹੋ ਗਿਆ ਟਿਫਨ ਉਹਦਾ ਮੈਂ ਰੈਡੀ ਕਰਤਾ ਸੀਗਾ ਨਹਾ ਵੀ ਲਿਆ ਮੈਂ ਵੀ ਨਹਾ ਲਿਆ ਪ੍ਰਭ ਤੇ ਚਲੋ ਨਹਾ ਕੇ ਜਾਣਾ ਹੀ ਸੀਗਾ ਸਕੂਲੇ ਤੇ ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਆਪਣਾ ਕੰਮ ਹੁੰਦਾ ਹੈ ਨਹਾਉਣ ਦਾ ਤੇ ਪ੍ਰਭ ਦਾ ਟਿਫਨ ਰੈਡੀ ਕਰਨ ਦਾ ਚਾਹ ਬਣਾਉਣ ਦਾ ਸਵੇਰ ਵਾਲਾ ਤੇ ਉਹ ਆਪਾਂ ਕੰਮ ਕਰ ਲਏ ਆ ਤੇ ਹੁਣ ਪ੍ਰਭ ਨੂੰ ਮੈਂ ਸਕੂਲੀ ਭੇਜ ਕੇ ਤੇ ਉਸ ਤੋਂ ਬਾਅਦ ਮੈਂ ਕਰਾਂਗੀ ਆਪਣੇ ਕੰਮਕਾਰ ਤੇ ਮੈਂ ਕਵਲ ਨੂੰ ਉਡੀਕ ਕੇ ਫਿਰ ਹੀ ਕਰਾਂਗੀ ਫਿਲਹਾਲ ਤੇ ਮੈਂ ਲੱਗੀ ਹਾਂ ਪਾਠ ਕਰਨ ਪ੍ਰਭ ਨੂੰ ਮੈਂ ਬਸ ਵੇਖਣ ਦੇਈ ਹਾਂ ਕਿ ਪ੍ਰਭ ਚਲੇ ਜਾਏ ਤੇ ਫਿਰ ਹੀ ਮੈਂ ਬੈਠਾਂ ਕਿਉਂਕਿ ਬਾਅਦ ਵਿੱਚ ਨਾ ਕੱਢ ਕੇ ਨਹੀਂ ਖੁਸ਼ ਤੂੰ ਸਕੂਲ ਜਾਣਾ ਹੀ ਪੈਂਦਾ ਵਾ ਸੋਹਣਿਆ ਸਕੂਲੇ ਕੱਢਣਾ ਨਹੀਂ ਹੁੰਦਾ ਸਕੂਲ ਜ਼ਿੰਦਗੀ ਬਣਾਉਣ ਵਾਲੀ ਚੀਜ਼ ਆ ਠੀਕ ਆ ਕਿਉਂ ਕਿਉਂਕਿ ਅਸੀਂ ਵੀ ਜਾਂਦੇ ਰਹੇ ਕਿਸੇ ਟਾਈਮ ਤੇ ਸਾਨੂੰ ਐਵੇਂ ਹੀ ਲੱਗਦਾ ਹੁੰਦਾ ਸੀ ਕਿ ਯਾਰ ਕੀ ਰੋਜ਼ ਰੋਜ਼ ਸਕੂਲ ਤਿਆਰ ਕਰਕੇ ਕਲਾ ਦਿੰਦੇ ਆ ਔਖਾ ਲੱਗਦਾ ਹੁੰਦਾ ਸੀ ਉੱਠਣਾ ਪਰ ਜਾਣਾ ਪੈਂਦਾ ਅੱਜ ਜੇ ਉਦੋਂ ਅਸੀਂ ਤੁਹਾਡੇ ਵਾਂਗੂ ਹਾਕ ਕੰਮ ਕਰਦੇ ਨਾ ਮਤਲਬ ਅਸੀਂ ਵੀ ਆਉਂਦੇ ਵੀ ਨਹੀਂ ਜਾਣਾ ਆਉਂਦੇ ਰਹੇ ਹਾਂ ਮਤਲਬ ਆਉਂਦੇ ਰਹੇ ਹਾਂ ਪਰ ਹੁਣ ਉਹ ਜਦੋਂ ਮੰਮੀਆਂ ਦੀਆਂ ਗੱਲਾਂ ਯਾਦ ਕਰੀ ਦੀਆਂ ਨਾ ਤੇ ਹੁਣ ਸੋਚੀਦਾ ਕਿ ਹਾਂ ਉਹ ਸੱਚ ਹੀ ਆਉਂਦੇ ਕਿੰਨਾ ਹੋ ਗਿਆ ਟਾਈਮ ਤੇਰਾ ਟਾਈਮ ਕਿੰਨਾ ਹੋਇਆ 39 39 ਚਲੋ ਫਿਰ ਮੈਂ ਜਾ ਕੇ ਆ ਇੱਧਰ ਦੇਖੋ ਗਾਇਸ ਮੇਰਾ ਪੁੱਤ ਮੇਰੇ ਨਾਲੋਂ ਲੰਬਾ ਹੋ ਗਿਆ ਏ ਤੇ ਉਹ ਗੱਲ ਆਈ ਜਦੋਂ ਹੁਣ ਮੰਮੀ ਦੀ ਯਾਦ ਕਰੀ ਤੇ ਵਾਕਈ ਸੋਚੀਦਾ ਕਿ ਹਾਂ ਉਹ ਵਿਚਾਰੇ ਸਹੀ ਕਹਿੰਦੇ ਹੁੰਦੇ ਸੀ ਕਿਉਂਕਿ ਸਕੂਲ ਪੜ੍ਹ ਲਿਖ ਲਓ ਕੁਝ ਕਰ ਲਓ ਜ਼ਿੰਦਗੀ 'ਚ ਕੁਝ ਕਰ ਲਓਗੇ ਜੇ ਪੜ੍ਹ ਜਾਓਗੇ ਤਾਂ ਵਾਕਈ ਸਹੀ ਗੱਲ ਜਦੋਂ ਆਪਾਂ ਪੜ੍ਹੇ ਹਾਂ ਨਾ ਅੱਜ ਆਪਣੇ ਹੱਥ ਦੇ ਵਿੱਚ ਆਪਣੇ ਮਤਲਬ ਕਿ ਗਿਆਨ ਹੈਗਾ ਗਿਆਨ ਆਪਾਂ ਗਿਆਨ ਦੀ ਵਰਤੋਂ ਬਹੁਤ ਜਗ੍ਹਾ ਹਾਂ ਪੈਨ ਲੈਣਾ ਜਾਂ ਲਿਆ ਹੁਣ ਇੱਥੋਂ ਲੈਣਾ ਕਿ ਉੱਥੋਂ ਲੈਣਾ ਜਾਂ ਲਿਆ ਤੇ ਸਾਡੇ ਇਹ ਪੁੱਤ ਕੱਲ ਦੀ ਤੁਸੀਂ ਰੱਖੀ ਆ ਭਾਈ ਸਾਹਿਬ ਤੁਹਾਨੂੰ ਕੱਢਣੀ ਚਾਹੀਦੀ ਹਾਂ ਠੀਕ ਆ ਸਾਰੇ ਕੰਮ ਮੈਂ ਹੀ ਕਰਾਂ ਹੋਰ ਕੁਛ ਰਹਿਤ ਨਹੀਂ ਗਿਆ ਕੁਛ ਰਹਿਤ ਨਹੀਂ ਗਿਆ ਚਾਬੀ ਮੈਨੂੰ ਲੱਗਦਾ ਬਾਹਰ ਵਾਲੇ ਬੈੱਡ ਤੇ ਵੇਖ ਚੰਗੀ ਤਰ੍ਹਾਂ ਚੈੱਕ ਕਰ ਲਾ ਕੋਈ ਚੀਜ਼ ਹੋਰ ਕੱਢੀ ਕੁੱਢੀ ਹੋਵੇ ਬਾਅਦ ਚ ਸਕੂਲੇ ਜਾ ਕੇ ਯਾਦ ਆਊਗੀ ਹੈ ਬੁੱਕਸ ਲਿਆਉਣੀਆਂ ਫਿਰ ਅੱਜ ਜਿਹੜੀਆਂ ਰਹਿੰਦੀਆਂ ਫਿਰ ਪਾਪਾ ਨੂੰ ਲੈ ਜੀ ਸ਼ਾਮਾਂ ਨੂੰ ਆਣ ਕੇ ਠੀਕ ਹੈ ਨਾ 3:30 ਜਾ ਚੱਲ ਜਾਓ 3:30 2:30 ਆਉਣਾ ਨਾ ਸਕੂਲੋਂ 3:30-4 ਚੱਲ ਜਾਓ ਓਕੇ ਬਾਏ ਸੀ ਯੂ ਟੇਕ ਕੇਅਰ ਤੇ ਅੱਜ ਹੈਗਾ ਸੈਕਿੰਡ ਡੇ ਸਕੂਲ ਦਾ ਪਾਪਾ ਦਾ ਫੋਨ ਆਈ ਗਿਆ ਜੀ ਮੈਂ ਕਰ ਲਾਂ ਗੱਲ ਜੀ ਪ੍ਰਭ ਗਏ ਚਲੇ ਸਕੂਲ ਤੇ ਮੈਂ ਸੱਚ ਹੁਣ ਤੁਹਾਡੇ ਨਾਲ ਗੱਲ ਕਰਨੀ ਸੀਗੀ ਹਨਾ ਕਿ ਜਦੋਂ ਆਪਾਂ ਵੀ ਛੋਟੇ ਹਨਾ ਸਾਰੇ ਹੁੰਦੇ ਸੀਗੇ ਤੇ ਆਪਣੇ ਮਾਂ ਪਿਓ ਵੀ ਆਪਣੇ ਨੂੰ ਕਈਆਂ ਗੱਲਾਂ ਤੋਂ ਰੋਕਦੇ ਹੁੰਦੇ ਸੀ ਟੋਕਦੇ ਹੁੰਦੇ ਸੀਗੇ ਕਿ ਆਹ ਕੰਮ ਤੁਹਾਡੇ ਲਈ ਨਹੀਂ ਚੰਗਾ ਹਨਾ ਤੁਸੀਂ ਆਹ ਨਾ ਕਰੋ ਇੱਦਾਂ ਨਾ ਕਰੋ ਉੱਦਾਂ ਨਾ ਕਰੋ ਬਾਹਰ ਨਾ ਜਾਓ ਦੋਸਤਾਂ 'ਚ ਨਾ ਫਿਰੋ ਉਦੋਂ ਨਾ ਆਪਾਂ ਉਹ ਗੱਲ ਨੂੰ ਲਾਈਟਲੀ ਜਿਹੀ ਲੈ ਲੈਂਦੇ ਹੁੰਦੇ ਹਾਂ ਹਨਾ ਕਿ ਨਹੀਂ ਨਹੀਂ ਕੁਛ ਨਹੀਂ ਹੁੰਦਾ ਐਵੇਂ ਪਤਾ ਨਹੀਂ ਕਿਉਂ ਸਾਨੂੰ ਰੋਕਦੇ ਰਹਿੰਦੇ ਆ ਤੇ ਉਹ ਕੰਮਾਂ ਤੋਂ ਉਦੋਂ ਆਪਾਂ ਚਿੜਦੇ ਹੁੰਦੇ ਹਾਂ ਕਿ ਸਾਡੇ ਮੰਮੀ ਪਾਪਾ
ਪਤਾ ਸਾਨੂੰ ਕਿਉਂ ਇੱਦਾਂ ਕਹਿੰਦੇ ਆ, ਪੜ੍ਹ ਲਓ ਆਪਣੀ ਮਰਜ਼ੀ ਨਾਲ ਪੜ੍ਹਨ ਬਹਿਣਾ ਜੇ ਦਿਲ ਕਰਨਾ ਤੇ ਨਹੀਂ ਕਰਨਾ ਤੇ ਚਲੋ ਹਨਾ। ਸਾਰੇ ਬੱਚਿਆਂ ਦਾ ਇਹੋ ਹਾਲ ਹੁੰਦਾ ਸੀਗਾ ਤੇ ਉਦੋਂ ਉਹ ਗੱਲ ਆਪਾਂ ਸੀਰੀਅਸ ਨਹੀਂ ਲੈਂਦੇ ਕਿਉਂਕਿ ਬਚਪਨ ਹੁੰਦਾ ਸੀ ਨਾ, ਤੇ ਜਦੋਂ ਹੁਣ ਆਪਾਂ ਸਿਆਣੇ ਹੋ ਗਏ ਹਨਾ ਤੇ ਆਪਾਂ ਆਪਣੇ ਬੱਚਿਆਂ ਨੂੰ ਉਹ ਗੱਲਾਂ ਕਹਿੰਦੇ ਆ ਨਾ, ਤੇ ਕਈ ਵਾਰ ਸੋਚੀਦਾ ਯਾਦ ਕਰੀਦਾ ਕਿ ਸਾਡੇ ਮਾਂ ਪਿਓ ਵੀ ਸਾਨੂੰ ਇੱਦਾਂ ਕਹਿੰਦੇ ਰਹੇ, ਸਾਡੀ ਮੰਮੀ ਵੀ ਸਾਨੂੰ ਇੱਦਾਂ ਕਹਿੰਦੀ ਰਹੀ ਆ ਤੇ ਸਾਡੇ ਪਾਪਾ ਵੀ ਸਾਨੂੰ ਇੱਦਾਂ ਕਹਿੰਦੇ ਰਹੇ ਆ, ਤੇ ਵਾਕਈ ਜੇ ਉਹ ਕਹਿੰਦੇ ਸੀ ਤੇ ਉਹਨਾਂ ਨੇ ਜ਼ਿੰਦਗੀ ਨੂੰ ਐਕਸਪੀਰੀਅੰਸ ਕੀਤਾ ਸੀ ਤੇ ਤਾਂ ਹੀ ਕਹਿੰਦੇ ਸੀਗੇ। ਤੇ ਹੁਣ ਆਪਾਂ ਜਦੋਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਆਪਾਂ ਨੂੰ ਐਕਸਪੀਰੀਅੰਸ ਹੋ ਗਿਆ ਆਪਾਂ ਤਾਂ ਕਹਿੰਦੇ ਹਾਂ, ਪਰ ਅਜੇ ਬੱਚੇ ਸਾਡੇ ਜਿਹੜੇ ਆ ਉਹ ਮਤਲਬ ਕਿ ਉਹਨਾਂ 'ਚ ਬਚਪਣਾ ਹਨਾ ਤੇ ਉਹ ਉਹਨਾਂ ਨੂੰ ਸਮਝ ਨਹੀਂ ਆ, ਤੇ ਇਸ ਕਰਕੇ ਉਹਨਾਂ ਨੂੰ ਵੀ ਹੁਣ ਸਾਡੇ ਆਪਣੇ ਵਾਂਗੂ ਹੀ ਉਵੇਂ ਲੱਗਦਾ ਹੈ ਕਿ ਇਹ ਪਤਾ ਨਹੀਂ ਕਿਉਂ ਸਾਨੂੰ ਰੋਕਦੇ ਰਹਿੰਦੇ ਟੋਕਦੇ ਰਹਿੰਦੇ, ਸਿਰਫ ਕਹੀ ਜਾਂਦੇ ਪੜ੍ਹ ਲਓ ਜ਼ਿੰਦਗੀ 'ਚ ਹੋਰ ਵੀ ਕੋਈ ਕੰਮ ਹੈਗੇ, ਖੇਡਣਾ ਮਲਣਾ, ਜਦੋਂ ਆਪਾਂ ਖੇਡ ਨੂੰ ਪਹਿਲ ਦਿੰਦੇ ਹਾਂ, ਘੁੰਮਣ ਫਿਰਨ ਨੂੰ ਪਹਿਲ ਦਿੰਦੇ ਹਾਂ ਤੇ ਹੁਣ ਆਪਣੇ ਬੱਚਿਆਂ ਦਾ ਵੀ ਇਹੋ ਹਾਲ ਆ। ਤੇ ਜਦੋਂ ਥੋੜ੍ਹੇ ਥੋੜ੍ਹੇ ਦੇ ਆਪਾਂ ਸਿਆਣੇ ਹੁੰਦੇ ਕਹਿਣਾ ਤੇ ਮੰਮੀ ਨੇ ਕਹਿਣਾ ਜੋ ਤੁਹਾਡੇ ਬੱਚੇ ਹੋਣਗੇ ਨਾ ਤੁਹਾਨੂੰ ਫਿਰ ਪਤਾ ਲੱਗੂਗਾ, ਤੇ ਵਾਕਈ ਸਹੀ ਗੱਲ ਅੱਜ ਉਹ ਗੱਲ ਯਾਦ ਕਰੀਦੀ ਆ ਕਿ ਹਾਂ ਮੰਮੀਆਂ ਸਹੀ ਕਹਿੰਦੀਆਂ ਹੁੰਦੀਆਂ ਸੀ ਕਿ ਜਦੋਂ ਤੁਹਾਡੇ ਬੱਚੇ ਹੋਣਗੇ ਤੇ ਫਿਰ ਤੁਹਾਨੂੰ ਪਤਾ ਲੱਗੂਗਾ। ਤੇ ਹੁਣ ਜਦੋਂ ਆਪਣੇ ਬੱਚਿਆਂ ਨੂੰ ਜਦੋਂ ਇੱਦਾਂ ਮਤਲਬ ਕਿ ਪੜ੍ਹਾਈ ਵਾਸਤੇ ਫੋਰਸ ਕਰਨਾ ਹੁੰਦਾ ਵਾ, ਕਿ ਗੱਲ ਤੋਂ ਡਾਂਟਣਾ ਹੁੰਦਾ ਵਾ, ਤੇ ਫਿਰ ਮਤਲਬ ਕਿ ਹੁੰਦਾ ਹੈ ਕਿ ਹਨਾ ਆਪਾਂ ਵੀ ਇੱਕ ਟਾਈਮ ਤੇ ਇਹਨਾਂ ਗੱਲਾਂ ਨੂੰ ਸੀਰੀਅਸ ਨਹੀਂ ਲੈਂਦੇ ਰਹੇ, ਤੇ ਅੱਜ ਜੇ ਹੁਣ ਉਹ ਨਹੀਂ ਲੈ ਰਹੇ ਤੇ ਆਪਾਂ ਨੂੰ ਗੁੱਸਾ ਚੜਦਾ ਵਾ ਬੱਚਾ ਹਨਾ। ਤੇ ਇਦਾਂ ਕਰਕੇ ਮਤਲਬ ਕਿ ਲਾਈਫ ਕਹਿੰਦੇ ਸਰਕਲ ਵਾਂਗੂ ਘੁੰਮਦੀ ਰਹਿੰਦੀ ਹਨਾ, ਕਿ ਪਹਿਲਾਂ ਸਾਡੇ ਪੇਰੈਂਟਸ ਸਾਨੂੰ ਕਹਿੰਦੇ, ਹੁਣ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ, ਕੱਲ੍ਹ ਨੂੰ ਆਪਣੇ ਸਾਡੇ ਬੱਚੇ ਆਪਣੇ ਬੱਚਿਆਂ ਨੂੰ ਕਹਿਣਗੇ, ਤੇ ਇਦਾਂ ਕਰਕੇ ਜਿਹੜੀ ਜ਼ਿੰਦਗੀ ਉਹ ਚੱਲਦੀ ਰਹਿੰਦੀ ਆ। ਕਿਉਂਕਿ ਤੇ ਬਾਕੀ ਗਾਈਸ ਚਲੋ ਜੋ ਵੀ ਹਨਾ ਜਿਹਦੀ ਕਿਸਮਤ ਦੇ ਵਿੱਚ ਜਿਵੇਂ ਦਾ ਲਿਖਿਆ, ਜਿਵੇਂ ਦਾ ਕੋਈ ਸਟਰਗਲ ਕਰ ਲਏਗਾ, ਜਿਵੇਂ ਦੀ ਕੋਈ ਮਿਹਨਤ ਕਰ ਲਏਗਾ, ਉਹਨੂੰ ਉਹਦਾ ਆਉਂਦਾ ਹੀ ਫਲ ਮਿਲੂਗਾ। ਅਤੇ ਚਲੋ ਜੇ ਅੱਜ ਆਪਣੇ ਪੇਰੈਂਟਸ ਦੀਆਂ ਗਾਲਾਂ ਦੇ ਕਰਕੇ ਅਤੇ ਜਾਂ ਉਹਨਾਂ ਦੇ ਝਿੜਕਣ ਦਾ ਕਰਕੇ ਆਪਾਂ ਉਦੋਂ ਨਾ ਪੜ੍ਹਦੇ ਤੇ ਅੱਜ ਆਪਾਂ ਆਪਣੇ ਜੋਗੇ ਨਹੀਂ ਹੀ ਹੋਣਾ, ਤੇ ਵਾਕਈ ਜੇ ਉਹਨਾਂ ਦੀਆਂ ਝਿੜਕਾਂ ਦਾ ਕਰਕੇ ਆਪਾਂ ਜ਼ਿੰਦਗੀ 'ਚ ਪੜ੍ਹ ਲਿਆ ਵਾ, ਕੁਝ ਸਿੱਖ ਲਿਆ ਵਾ, ਤੇ ਅੱਜ ਹਨਾ ਉਹਨਾਂ ਨੂੰ ਹੀ ਆਪਾਂ ਯਾਦ ਕਰਦੇ ਹਨਾ, ਆਪਾਂ ਕਹਿੰਦੇ ਹਾਂ ਕਿ ਹਾਂ ਆਪਣੇ ਮਾਂ ਪਿਓ ਦੀ ਬਦੌਲਤ ਆਪਾਂ ਆਹ ਕੰਮ ਜਿਹੜਾ ਵਾ ਕਰ ਲਿਆ ਵਾ, ਤੇ ਆਪਾਂ ਸਿੱਖਿਆ ਹੈ ਤੇ ਹੁਣ ਆਪਣੇ ਕੰਮ ਆਉਂਦੇ ਆ ਵਾ। ਜਿਵੇਂ ਕਿ ਜਗਰੂਪ ਕਹਿੰਦੇ ਹੁੰਦੇ ਆ ਕਿ ਮੇਰੇ ਹਸਬੈਂਡ, ਹਾਂਜੀ, ਤੇ ਉਹ ਕਹਿੰਦੇ ਹੁੰਦੇ ਆ ਕਿ ਉਹਨਾਂ ਨੂੰ ਨਾ ਮਤਲਬ ਛੋਟੇ ਹੁੰਦਿਆਂ ਨੂੰ ਜਿਵੇਂ ਉਹਨਾਂ ਦੇ ਪੇਰੈਂਟਸ ਨਹੀਂ, ਪਾਪਾ ਨਹੀਂ ਹੈਗੇ, ਮੰਮਾ ਤਾਂ ਚਲੋ ਹੈਗੇ ਆ, ਉਹਨਾਂ ਦੇ ਪਾਪਾ ਨਹੀਂ ਹੀ ਹੈਗੇ, ਤੇ ਕਹਿੰਦੇ ਸੀ ਵੀ ਮੇਰੀ ਸਾਸੂ ਮਾਂ ਨੇ, ਮੇਰੀ ਸੱਸ ਨੇ, ਤੇ ਕਹਿੰਦੇ ਕਿ ਮਤਲਬ ਛੋਟੇ ਹੁੰਦਿਆਂ ਹੀ ਜਦੋਂ ਘਰ ਉਹਨਾਂ ਤੋਂ ਘਰ ਬਾਹਰ ਵੀ ਨਹੀਂ ਹੈਗਾ ਥੋੜ੍ਹਾ ਹਨਾ, ਇੱਦਾਂ ਮਤਲਬ ਕਿ ਸਾਡੇ ਜਿਹੜੇ ਹੈਗੇ ਸੀਗੇ ਫਾਦਰ ਇਨ ਲਾਅ ਜਿਹੜੇ ਨਾ, ਉਹ ਨਾ ਡਰਿੰਕ ਬਹੁਤ ਕਰਦੇ ਸੀਗੇ, ਤੇ ਉਹਦਾ ਕਰਕੇ ਨਾ ਫਿਰ ਸਾਰਾ ਘਰ ਬਾਹਰ ਜਿੰਨੀ ਵੀ ਪੈਲੀ ਬੰਨਾ ਸੀਗਾ ਸਾਡਾ ਉਹਦੇ 'ਚ ਹੀ ਨਿਕਲ ਗਿਆ ਸੀਗਾ, ਤੇ ਉਹਦਾ ਕਰਕੇ ਘਰ ਬਾਹਰ ਨਾ ਹੋਣ ਦਾ ਕਰਕੇ ਜਗਰੂਪ ਨੂੰ ਨਾ ਮੰਮੀ ਨੇ ਮਤਲਬ ਕਿ ਬਹੁਤ ਸਾਰੇ ਉਹਨਾਂ ਨੇ ਵਿਚਾਰਿਆਂ ਨੇ ਧੱਕੇ ਖਾਧੇ, ਆਪਣੀ ਲਾਈਫ ਦੇ ਵਿੱਚ ਬਹੁਤ ਸਟਰਗਲ ਕੀਤਾ, ਬਹੁਤ ਜ਼ਿਆਦਾ ਉਤਾਰ ਚੜਾਵ ਦੇਖੇ, ਅਤੇ ਬੱਚਿਆਂ ਨੂੰ ਸੈੱਟ ਕਰਨ ਲਈ ਮਾਂ ਨੇ ਇੰਨਾ ਕੁ ਜ਼ਿਆਦਾ ਮਤਲਬ ਕਿ ਆਪਣੇ ਆਪ ਤੋਂ ਬੱਚਿਆਂ ਨੂੰ ਦੂਰ ਕੀਤਾ ਕਿ ਬੱਚੇ ਹੈ ਨਾ ਸਾਰੇ ਬੱਚੇ ਆਪੋ ਆਪਣੀ ਜਗ੍ਹਾ 'ਤੇ ਅੱਜ ਸੈੱਟ ਆ। ਅਤੇ ਜਗਰੂ ਕਹਿੰਦੇ ਹੁੰਦੇ ਕਿ ਜਿਵੇਂ ਮੈਂ ਜਦੋਂ ਛੋਟਾ ਹੁੰਦਾ ਹੈ ਨਾ, ਅਤੇ ਮੈਂ ਮਤਲਬ ਕਿ ਪੜ੍ਹਨਾ ਨਾ, ਅਤੇ ਮੈਨੂੰ ਮੰਮੀ ਨੇ ਨਾ ਇੱਕ ਵਾਰੀ ਚੰਡੀਗੜ੍ਹ ਮਤਲਬ ਮੇਰੇ ਹਸਬੈਂਡ ਨੂੰ ਚੰਡੀਗੜ੍ਹ ਛੱਡ ਕੇ ਆਏ ਕਿ ਤੂੰ ਉੱਥੇ ਕੁਝ ਸਿੱਖ ਲਏਂਗਾ, ਉਹਨਾਂ ਨੂੰ ਤਬਲਾ ਕਲਾਸਿਸ ਦੇ ਵਿੱਚ ਪਾਇਆ,
ਕੀਰਤਨ ਦੀ ਕਲਾਸਿਸ ਦੇ ਵਿੱਚ ਪਾਇਆ ਤੇ ਉੱਥੇ ਹੈਗਾ ਸੀਗਾ ਕੋਈ ਗੁਰਦੁਆਰਾ ਸਾਹਿਬ, ਉੱਥੇ ਛੱਡ ਕੇ ਆਏ ਤੇ ਇਹਨਾਂ ਨੇ ਰੋਣਾ, ਛੋਟੇ ਜਿਹੇ ਹੁੰਦੇ ਸੀਗੇ ਰੋਣਾ, ਤੇ ਮੰਮੀ ਨੇ ਕਹਿਣਾ ਕਿ ਮੈਨੂੰ ਦੁੱਖ ਤੇ ਹੁੰਦਾ, ਮੰਮੀ ਦੱਸ ਦਿੰਦੇ ਕਿ ਮੈਨੂੰ ਦੁੱਖ ਤੇ ਹੁੰਦਾ ਸੀਗਾ ਕਿ ਮੈਂ ਆਪਣਾ ਹਨਾ ਕਿ ਮੇਰਾ ਬੱਚਾ ਮੇਰੇ ਤੋਂ ਦੂਰ ਆ, ਪਰ ਮੈਂ ਆਂਦੀ ਇਹਨੂੰ ਰੋਂਦੇ ਖਲੋਂਦੇ ਨੂੰ ਉੱਥੇ ਛੱਡ ਕੇ ਆਉਣਾ, ਕਿ ਕੋਈ ਗੱਲ ਨਹੀਂ ਅੱਜ ਰਹੂਗਾ ਕੱਲ੍ਹ ਨੂੰ ਇਹਦੀ ਜ਼ਿੰਦਗੀ ਜਿਹੜੀ ਉਹ ਸਹੀ ਹੋਊਗੀ ਹਨਾ। ਅਤੇ ਬਾਕੀ ਜਗਰੂਪ ਯਾਦ ਕਰਦੇ ਹੁੰਦੇ ਆ ਕਿ ਜੇ ਕਿਤੇ ਉਦੋਂ ਮੰਮੀ ਮੈਨੂੰ ਨਾ ਰੋਂਦਿਆਂ ਨੂੰ ਛੱਡ ਕੇ ਆਉਂਦੀ ਹਨਾ, ਉੱਥੇ ਹੋਸਟਲ ਦਾ ਟਾਈਪ ਹੀ ਲਾ ਲਓ ਤੁਸੀਂ, ਅਤੇ ਰੋਂਦਿਆਂ ਨੂੰ ਨਾ ਛੱਡਦੀ, ਅਤੇ ਅੱਜ ਇਹ ਜਿਹੜੇ ਗੁਣ ਮੇਰੇ ਹੱਥ ਦੇ ਵਿੱਚ ਹੈਗੇ ਆ ਨਾ, ਉਹ ਮੇਰੇ ਹੱਥ ਦੇ ਵਿੱਚ ਕਦੀ ਨਹੀਂ ਹੋਣੇ। ਉਹਨੇ ਮੇਰੇ ਰੋਣ ਵੱਲ ਨਹੀਂ ਵੇਖਿਆ, ਉਹਨੇ ਮੇਰੀ ਜ਼ਿੰਦਗੀ ਵੱਲ ਵੇਖਿਆ। ਅਤੇ ਵਾਕਈ ਆਪਾਂ ਆਪਣੇ ਬੱਚਿਆਂ ਨੂੰ ਹੈ ਨਾ ਜੇ ਕੁਝ ਸਿਖਾਉਣਾ ਵਾ, ਤਾਂ ਆਪਾਂ ਬੱਚੇ ਦੇ ਰੋਣ ਵੱਲ ਨਹੀਂ ਆਪਾਂ ਨੂੰ ਵੇਖਣਾ ਚਾਹੀਦਾ, ਆਪਾਂ ਨੂੰ ਉਹਦੀ ਅੱਗੇ ਆਉਣ ਵਾਲੀ ਜ਼ਿੰਦਗੀ ਬਾਰੇ ਦੇਖਣਾ ਚਾਹੀਦਾ ਵਾ। ਅਤੇ ਹੁਣ ਚਲੋ ਟੱਚਵੁੱਡ, ਮੇਰੇ ਹਸਬੈਂਡ ਨੂੰ ਕਥਾ ਆਉਂਦੀ ਆ, ਕੀਰਤਨ ਆਉਂਦਾ ਹੈ, ਅਤੇ ਨਾਲ ਉਹ ਪਾਠ ਵੀ ਕਰ ਲੈਂਦੇ ਆ ਹੈ ਨਾ, ਜੋਬ 'ਤੇ ਚਲੋ ਕਰਦੇ ਕਰਦੇ ਆ, ਅਤੇ ਮਤਲਬ ਕਿ ਕਿੰਨੇ ਗੁਣ ਹੈ ਨਾ ਉਹਨਾਂ ਦੇ ਹੱਥ ਦੇ ਵਿੱਚ। ਅਤੇ ਇੱਦਾਂ ਹੀ ਆਪਾਂ ਨੂੰ ਬੱਚਿਆਂ ਦੇ ਰੋਣ ਵੱਲ ਨਹੀਂ ਵੇਖਣਾ ਚਾਹੀਦਾ, ਅਤੇ ਆਪਾਂ ਨੂੰ ਬੱਚਿਆਂ ਦੀ ਜ਼ਿੰਦਗੀ ਵੱਲ ਵੇਖਣਾ ਚਾਹੀਦਾ। ਅਤੇ ਚਲੋ ਗਏ, ਹੁਣ ਗੱਲਾਂ ਜ਼ਿਆਦੀਆਂ ਹੋ ਗਈਆਂ, ਆਪਾਂ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਤੱਕ। ਲੋ ਗਏ, ਤੋਂ ਬੈੱਡ ਟਾਈਮ ਵੱਜ ਗਏ ਨੇ, ਅਤੇ ਆਪਾਂ ਧਰ ਲਈ ਸੀਗੀ ਚਾਹ ਆਪਣੀ ਆਲਮੋਸਟ ਬਣ ਹੀ ਗਈ ਆ, ਅਤੇ ਮੈਂ ਚਲੋ ਵਲੋਗ ਦੀ ਸ਼ੁਰੂਆਤ ਕਰ ਲਈਏ, ਕਿਉਂਕਿ ਸਵੇਰੇ ਉਸ ਤੋਂ ਬਾਅਦ ਮੈਂ ਅੱਗੇ ਕੁਛ ਵਲੋਗ ਸ਼ੂਟ ਨਹੀਂ ਕਰ ਪਾਈ, ਕਮਲ ਨੇ ਕੰਮ ਵਗੈਰਾ ਗਾਇਆ। ਮੈਂ ਕਮਲ ਤਾਂ ਤੁਹਾਨੂੰ ਰੋਜ਼ ਦਿਖਾਈ ਦੀ ਆ, ਅਤੇ ਇਸ ਕਰਕੇ ਫਿਰ ਆਪਾਂ ਅੱਗੇ ਵਲੋਗ ਨਹੀਂ ਕੰਟੀਨਿਊ ਕਰ ਪਾਏ। ਅਤੇ ਲਓ ਜੀ, ਪ੍ਰਭ ਵੀ ਆ ਗਿਆ, ਆਪਾਂ ਦੇਖ ਕੇ ਉਹਨੇ ਬਾਹਰ। ਸੁਣੋਈ ਪ੍ਰਭ ਆ ਗਿਆ ਜੀ, ਸੁਣੋਈ ਸੁਣੋਈ ਪ੍ਰਭ ਆ ਗਿਆ, ਕਿੱਥੇ ਆ ਕਿੱਥੇ ਆ, ਭੱਜੋ ਭੱਜੋ ਭੱਜੋ, ਪਾਪ ਆ ਗਿਆ ਹੋਵੇ। ਇਹ 1 2 3 ਨਹੀਂ ਆਇਆ ਸਾਨੂੰ, ਸਨੋਈ ਨੂੰ ਗਾਈਸ ਪਤਾ ਲੱਗ ਗਿਆ ਜੀ ਕਿ ਪ੍ਰਭ ਨਹੀਂ ਆਇਆ। ਗਾਈਸ, ਅੱਜ ਪ੍ਰਭ ਦੀ ਬੱਸ ਕਿਉਂ ਲੇਟ ਆ, 2:30 ਵੱਜ ਗਏ, ਵੈਸੇ ਤਾਂ ਪੂਰੇ 2:30 ਤੇ ਆ ਜਾਂਦਾ ਹੁੰਦਾ, ਅਤੇ ਅੱਜ 2:42 ਹੋ ਗਏ ਆ, ਅਤੇ ਅਜੇ ਤੱਕ ਪ੍ਰਭ ਨਹੀਂ ਆਇਆ, ਪਤਾ ਨਹੀਂ ਕੀ ਪ੍ਰੋਬਲਮ ਆ। ਕਵਲ, ਅੱਜ ਪ੍ਰਭ ਨਹੀਂ ਆਇਆ ਅਜੇ ਤੱਕ, ਬੱਸ ਲੇਟ ਹੋ ਗਈ, ਮੈਨੂੰ ਲੱਗਦਾ ਕੋਈ ਪ੍ਰੋਬਲਮ ਹੋਈ ਹੋਣੀ ਬੱਸ 'ਚ। ਆਉਣੀ ਵਾਲਾ, ਮੈਂ ਨਾ ਮੈਂ ਕਿਹਾ ਸਨੋਈ ਪ੍ਰਭ ਆ ਗਈ, ਅਤੇ ਉਹਨੂੰ ਪਤਾ ਸੀ ਨਹੀਂ ਆਇਆ, ਇੱਥੋਂ ਵੀ ਜਾ ਕੇ ਮੋੜ ਆਈ ਆ, ਅਤੇ ਵੇਖਿਆ ਉਹਨੂੰ ਪਹਿਲਾਂ, ਉਹਨੂੰ ਪੂਰੀ ਉਹ ਹੈਗਾ ਹੈ ਨਾ ਪਤਾ ਕਿ ਨਹੀਂ ਆਇਆ, ਅਤੇ ਜਦੋਂ ਇਹਨੂੰ ਜੇ ਇਹਨੂੰ ਪਤਾ ਹੁੰਦਾ ਦੀ ਬੱਸ ਦਾ, ਜਦੋਂ ਇਹਨੂੰ ਪਤਾ ਨਾ ਕਿ ਹੁਣ ਆ ਗਿਆ, ਇਹਨੇ ਵੇਖੀ ਭੱਜੀ ਜਾਣਾ, ਅਤੇ ਇਹਨੂੰ ਨਾ ਗਏ ਸੈਂ ਪੂਰਾ, ਮਤਲਬ ਕਿ ਐਂ ਕੀ ਕਹਿੰਦੇ ਹੁੰਦੇ ਨਾ ਕਿ ਜਿਹੜਾ ਕੁੱਤਾ ਹੁੰਦਾ ਹੈ ਪੂਰਾ, ਉਹਨੂੰ ਪਹਿਚਾਣ ਹੁੰਦੀ ਹੈ ਕਿ ਮੇਰਾ ਘਰ ਦਾ ਜਿਹੜਾ ਮੈਂਬਰ ਆ ਕਦੋਂ ਆ ਰਿਹਾ ਅਤੇ ਕਦੋਂ ਨਹੀਂ ਆ ਰਿਹਾ, ਅਤੇ ਇੱਦਾਂ ਇਹਨੂੰ ਵੀ ਪੂਰੀ ਪਹਿਚਾਣ ਆ, ਹੁਣ ਇਹਨੂੰ ਪਤਾ ਲੱਗਾ ਜੇ ਕੋਈ ਸਮੈਲ ਵਗੈਰਾ ਨਹੀਂ ਆਈ ਉਹਦੀ, ਅਤੇ ਆ ਵੇਖੋ ਉਹਦੀ ਬੱਸ ਦੀ ਟਾਈਮਿੰਗ ਦਾ ਇਹਨੂੰ ਪਤਾ, ਵੈਸੇ ਉਦੋਂ ਦੀ ਵੇਟ ਕਰਦੀ ਪਈ ਆ, ਪਰ ਅਜੇ ਉਹ ਆਇਆ ਨਹੀਂ ਆ, ਅਤੇ ਇਸ ਕਰਕੇ ਇੱਥੇ ਬੈਠੀ, ਅਤੇ ਜਦੋਂ ਉਹ ਆਇਆ ਨਾ ਮੈਂ ਉਹ ਵੀ ਤੁਹਾਨੂੰ ਦਿਖਾਊਂਗੀ ਮੂਮੈਂਟ, ਵੇਖਿਓ ਕਿੱਦਾਂ ਇਹ ਭੱਜੀ ਜਾਂਦੀ, ਇਹਨੂੰ ਬੜੀ ਖੁਸ਼ੀ ਹੋ ਜਾਂਦੀ ਕਿ ਪ੍ਰਭ ਆ ਗਿਆ ਵਾ, ਅਤੇ ਪ੍ਰਭ ਆਉਣ ਵਾਲਾ, ਹੁਣ ਇਹ ਉਹਦੀ ਪੂਰੀ ਵੇਟ ਕਰਦੀ ਪਈ ਆ। ਬਾਹਰ ਤੱਕ ਭੱਜ ਗਈ, ਬੇਇੱਜ਼ਤੀ ਕਰਾਉਂਦਾ ਮੇਰੇ ਸਾਰੇ ਪਿੰਡ ਚ ਮੇਰੀ, ਕਿਉਂਕਿ ਮੇਰੀ ਲੈ ਹੈ ਜੀ ਇੰਨੀ ਪਿਆਰੀ ਹੈ ਤੇ ਨਾ ਬੇਇੱਜ਼ਤੀ ਕਰਾਉਂਦੇ ਮੇਰੀ ਭੱਜੀ ਗਈ ਮੈਂ ਜਾਰੀ ਲੈ ਉਹਦਾ ਇੰਨਾ ਪਿਆਰ ਹੀ ਤੇ ਉਹਨਾਂ ਨੇ ਬੇਇੱਜ਼ਤੀ ਕਰਾਉਂਦੇ ਆ ਪਹਿਲਾਂ ਤੇ ਬਸ ਨ
ਉਸੇ ਵੇਲੇ ਬਾਹਰ ਨੂੰ ਗਈ ਵੇਲੋ ਅੰਕਲ ਵੀ ਆਏ ਉਸੇ ਟਾਈਮ ਤੇ ਅੰਕਲ ਨੂੰ ਛੱਡ ਕੇ ਗਾਹ ਗਈ ਆ ਬਾਰ ਬਾਰ ਉਸੇ ਵੇਲੇ ਛੇਤੀ ਕਰੋ ਪੈਰ ਸੜਨ ਤਾਈਓ ਤੇ ਪ੍ਰਭ ਦਾ ਵੀ ਨਾਲੇ ਰੋਣਾ ਨਿਕਲ ਜਾਂਦਾ ਵੇਖਾ ਕੀ ਸਬਜ਼ੀ ਲੈ ਗਿਆ ਜੀ ਮਟਰ ਹੀ ਲਿਆਏ ਜੀ ਆਹ ਕੀ ਆ ਇੱਕੋ ਮਿੰਟ ਟਮਾਟਰ ਕੌਣ ਕਿੰਨੇ ਚਲੋ ਮੈਨੂੰ ਦੋ ਮਿੰਟ ਬੰਦ ਕਰੋ ਲੋ ਗਾਇਸ ਟਾਈਮ ਹੋ ਗਿਆ 7 ਵਜੇ ਦਾ ਤੇ ਹੁਣ ਮੈਂ ਵੀਡੀਓ ਦੀ ਐਂਡਿੰਗ ਅੱਜ ਸਵੇਰੇ ਕੀਤੀ ਨਹੀਂ ਤੇ ਮੈਂ ਐਂਡਿੰਗ ਕਰ ਲਈ ਤੇ ਜ਼ਰੂਰ ਤੁਸੀਂ ਵੀ ਸਾਥੀ ਕਰ ਬੁਲਾ ਸਕਦੇ ਯਾਰ ਤੂੰ ਆਪੇ ਬੋਲ ਲਿਆ ਕਰ ਹਾਂ ਕਿ ਮੈਨੂੰ ਕਹਿ ਕੇ ਬੁਲਾਉਣਾ ਪੈਂਦਾ ਹੀ ਤੈਨੂੰ ਬੋਲ ਅਦਰ ਮੈਂ ਚੱਲ ਤਾਂ ਜ਼ਰੂਰ ਕਰ ਲਈ ਚੱਲ ਤਾਂ ਜ਼ਰੂਰ ਕਰ ਲਈ ਬੋਲ ਸਾਂਝੀ ਕਾਤੀ ਕਾਲੀ ਸਾਰਿਆਂ ਨੂੰ ਮੋਰਦਾਂ ਦਾ ਪੀਤਾ ਗਿਆ ਤੇ ਜਿਨ ਗਿਆ ਲੰਘ ਸ਼ਾਮਾਂ ਗਈਆਂ ਤੇ ਸ਼ਾਮਾਂ ਗਈਆਂ ਲੰਘ ਰਾਤ ਜਾਂ ਵੇਲਾ ਪੱਚ ਰਾਤ ਪੈ ਜਾਂਦੀ ਆ ਤੇ ਬਸ ਇੱਦਾਂ ਹੀ ਕਾਲ ਗਿਆ ਦਿਨ ਦੇ ਸਾਰੇ ਸਾਰ ਸਵੇਰ ਧੋੜਦਾ ਬੰਦਾ ਰੁਝੇਵਿਆਂ ਦੇ ਵਿੱਚ ਪੂਰਾ ਦਿਨ ਲੰਘ ਜਾਂਦਾ ਤੇ ਇੱਕ ਰਾਤ ਵੀ ਪਵਿੱਤਰ ਆਪਣੇ ਬਣਾਈ ਜਿਹੜਾ ਬੰਦਾ ਆਰਾਮ ਕਰ ਸਕਦਾ ਜੇ ਇਹ ਵੀ ਨਾ ਹੋਏ ਤੇ ਬੰਦਾ ਮੈਨੂੰ ਲੱਗਦਾ ਭਟਕਦਾ ਕਰ ਕੇ ਮੈਂ ਨਾ ਜਿੱਤੇ 40 ਸਾਲ ਸੀ ਨਾ ਉੱਥੇ 20 ਰਹਿ ਜਾਣਾ ਸਹੀ ਗੱਲ ਆ 20 ਸਾਲ ਹੀ ਰਹਿ ਜਾਣ ਜ਼ਿੰਦਗੀ ਤੇ ਉਹਨੇ ਸਰੀਰ ਆ ਜੇ ਨਾ ਆਰਾਮ ਕਰੀਏ ਪਈ ਜਿਹੜਾ ਸਰੀਰ ਵੀ ਜੇ ਨਾ ਨਾ ਆਰਾਮ ਕਰੀਏ ਮੰਨ ਲਓ ਇੱਕ ਦੋ ਰਾਤਾਂ ਨਾ ਖਾਈਆਂ ਤੇ ਸਰੀਰ ਜਿਹੜਾ ਉਹ ਬੜਾ ਜਿਹੜਾ ਮਤਲਬ ਬੰਦੇ ਨੂੰ ਤੰਗੀ ਦਿੰਦਾ ਵਾ ਇਸੇ ਤਰ੍ਹਾਂ ਹੀ ਆ ਵੀ ਮੰਨ ਲਓ ਵੀ ਰੱਬ ਨੇ ਇਹਦੀ ਰਾਤ ਬਣਾਈ ਆ ਹਰ ਚੀਜ਼ ਬਣਾਈ ਜਿਹੜੀ ਪਰਮੇਸ਼ਰ ਨੇ ਬਣਾਈ ਆ ਉਹ ਕੁਝ ਸੋਚ ਸਮਝ ਕੇ ਬਣਾਈ ਆ ਸੋਚ ਸਮਝ ਕੇ ਬਣਾਈ ਆ ਉਹਦਾ ਕਿਉਂਕਿ ਆਪਣਾ ਆਪਣਾ ਕੰਮ ਆ ਹਰ ਚੀਜ਼ ਦਾ ਜੇ ਦਿਨ ਦੇ ਨਾਲ ਰਾਤ ਨਾ ਹੁੰਦੀ ਤੇ ਆਪਾਂ ਇੱਕ ਮਿੰਟ ਵੀ ਨਹੀਂ ਹੀ ਬਹਿਣਾ ਪਾਣੀ ਦੀ ਘਰ ਵਾਲੀ ਰੋਟੀ ਤੇ ਏਦਾਂ ਹੀ ਹਰ ਇੱਕ ਚੀਜ਼ ਦਾ ਮਤਲਬ ਕਿ ਇਸ ਤਰ੍ਹਾਂ ਆਪਣੇ ਦੋ ਦੋ ਵੀ ਬਣਾਈਆਂ ਵਾ ਇੱਕ ਚੀਜ਼ ਜੇ ਧੁੱਪ ਆ ਤੇ ਛਾਂ ਆ ਹਰ ਚੀਜ਼ ਇੱਕ ਦੂਜੇ ਤੋਂ ਬਿਨਾਂ ਅਧੂਰੀ ਆ ਜਿਵੇਂ ਪਤੀ ਪਤਨੀ ਤੋਂ ਬਿਨਾਂ ਅਧੂਰਾ ਵਾ ਤੇ ਪਤੀ ਪਤਨੀ ਪਤੀ ਤੋਂ ਬਿਨਾਂ ਅਧੂਰੀ ਆ ਕਿਉਂਕਿ ਜੇ ਗੱਲ ਸੱਚੀ ਆ ਦੇਖੋ ਜਦੋਂ ਕੋਈ ਜਨਾਨੀ ਚਲੇ ਜਾਂਦੀ ਹੈ ਨਾ ਜਨਾਨੀ ਨੂੰ ਪਹਿਲਾਂ ਹੀ ਖਿਲਾਇਓ ਤੁਸੀਂ ਜਨਾਨੀ ਖਲਾਈ ਜੇ ਇਹਨਾਂ ਨੇ ਵੇਖ ਲੋ ਪਹਿਲਾਂ ਭਾਵੇਂ ਦੋ ਕਦੇ ਨੀ ਰਹਿਣਾ ਹੋਵੇ ਤੇ ਬੜਾ ਔਖਾ ਹੁੰਦਾ ਵਾ ਏਦਾਂ ਜੀਵਨ ਰੱਬ ਨੇ ਜਿਹੜੀ ਚੀਜ਼ ਬਣਾਈ ਆ
ਬੜੀ ਸੋਚ ਸਮਝ ਕੇ ਬਣਾਇਆ ਵਾ। ਜਿਵੇਂ ਕਿਹਾ ਇੱਕ ਮਿੰਟ ਮੇਰੀ ਗੱਲ ਸੁਣੋ, ਇੱਕ ਮਿੰਟ, ਜਿਵੇਂ ਕਿਹਾ ਜੀਵਨ ਸਾਥੀ ਹਨਾ, ਜਿਵੇਂ ਕਿ ਇੱਕ ਜੀਵਨ ਸਾਥੀ ਜ਼ਿੰਦਗੀ ਚ ਚਲੇ ਜੇ ਤੇ ਦੂਜੇ ਜੀਵਨ ਸਾਥੀ ਨੂੰ ਜ਼ਿੰਦਗੀ ਕੱਟਣੀ ਜਿਹੜੀ ਬਹੁਤ ਔਖੀ ਹੋ ਜਾਂਦੀ ਹੈ, ਤੇ ਇਸ ਕਰਕੇ ਹਰ ਇੱਕ ਚੀਜ਼ ਜਿਹੜੀ ਆ। ਹਾਂ ਕਿੱਥੋਂ ਆਇਆ? ਜਿਹਨੇ ਆਲੂ ਮਟਰਾਂ ਦੀ ਸਬਜ਼ੀ ਦੇ ਨਾਲ ਰੋਟੀ ਖਾਣੀ ਆ ਖਾ ਸਕਦਾ ਵਾ, ਕਿਉਂਕਿ ਅੱਜ ਜਰੂਰ ਸਪੈਸ਼ਲ ਆਲੂ ਮਟਰ ਬਣਵਾਏ ਆ। ਕਹਿੰਦੇ ਬਾਅਦ ਵਿੱਚ ਮਟਰ ਜਿਹੜੇ ਆ ਉਹ ਹਨਾ ਬੇਭਾਰੇ ਹੋ ਜਾਣੇ ਆ, ਉਹ ਪੈਕਟਾਂ ਵਾਲੇ ਨੀ ਚੰਗੇ ਲੱਗਦੇ, ਕਿਉਂਕਿ ਪੈਕਟਾਂ ਵਾਲੇ ਚ ਨਾ ਸਮੈਲ ਜੀ ਆਉਂਦੀ ਆ ਤੇ ਫਿਰ ਚੰਗੇ ਨੀ ਲੱਗਦੇ। ਤੇ ਬਸ ਗਾਈਸ, ਮਿਲਦੇ ਹਾਂ ਤੁਹਾਨੂੰ ਕੱਲ ਨੂੰ ਫਿਰ ਨਵੀਂ ਵੀਡੀਓ ਦੇ ਨਾਲ। ਤਦ ਤੱਕ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਥੈਂਕ ਯੂ ਸੋ ਮਚ ਫੋਰ ਵਾਚਿੰਗ, ਬਾਏ ਬਾਏ। ਪ੍ਰਭ ਉਹ ਤੋਂ